ਸਤ ਸ੍ਰੀ ਅਕਾਲ ਅਦਾਬ ਖੁਸ਼ ਆਮਦੀਦ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਪ੍ਰਗਟ ਸਿੰਘ ਪੁੱਲਰ ਵੈਲਕਮ ਕਰਦਾ ਹਾਂ ਤੁਹਾਡਾ ਆਪਣੇ YouTube ਚੈਨਲ ਤੇ YouTube ਤੋਂ ਮੇਰੇ ਤੋਂ ਇੱਕ ਸਵਾਲ ਪੁੱਛਿਆ ਗਿਆ ਸੀਗਾ ਕਿ ਗਠੀਏ ਦਾ ਰੇਮਟਾਇਡ ਅਰਥਰਾਇਟਿਸ ਦਾ ਕੋਈ ਇਲਾਜ ਦੱਸੋ ਸਭ ਤੋਂ ਪਹਿਲੀ ਗੱਲ ਤੇ ਤੁਹਾਡੇ ਲਈ ਇੱਕ ਖੁਸ਼ਖਬਰੀ ਹੈ ਕਿ ਮੈਂ ਸਾਰੀਆਂ ਵੀਡੀਓਜ਼ ਦੀ ਇੱਕ ਵੈੱਬਸਾਈਟ ਬਣਾ ਦਿੱਤੀ ਹੈ ਜਿਹਦੇ ਵਿੱਚ ਤੁਹਾਡੇ ਹਰ ਸਵਾਲ ਦਾ ਜਵਾਬ ਹੈਗਾ ਵੈੱਬਸਾਈਟ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਵੀ ਮਿਲ ਜਾਏਗਾ ਜਿਹੜਾ ਕਿ www.sardarpragatsinghpullar.com ਹੈ ਸੋ ਇਹ ਵੀਡੀਓ ਸਪੈਸ਼ਲ ਹੈ ਜੀ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦਾ ਪੁਰਾਣਾ ਗਠੀਆ ਆ ਜਿਨ੍ਹਾਂ ਦਾ ਪੁਰਾਣਾ ਆਰਥਰਾਇਟਿਸਡ ਹੈ ਜੋੜ ਤੱਕ ਵਿੰਗੇ ਹੋਣ ਜਾ ਰਿਹਾ ਜੋੜ ਬੇਹੱਦ ਜਿਆਦਾ ਦਰਦ ਕਰਦੇ ਆ ਰਿਮਟਾਇਡ ਆਰਥਰਾਇਟਿਸਟ ਹੋਵੇ ਭਾਵੇਂ ਯੂਰਿਕ ਐਸਿਡ ਹੋਵੇ ਭਾਵ ਵਾਈ ਤੋਂ ਪੈਦਾ ਹੋਣ ਵਾਲੇ ਸਾਰੇ ਹੀ ਦਰਦਕਾਰਕ ਰੋਗਾਂ ਦਾ ਇਹ ਇਲਾਜ ਹੈ ਬੜੀ ਸੌਖੀ ਜੀ ਬਣਾਉਣੀ ਪੰਜੀਰੀ ਆਪਾਂ ਸਪੈਸ਼ਲ ਬਣਾਉਣੀ ਹੈ ਪਰ ਇੱਥੇ ਇੱਕ ਸਪੈਸ਼ਲੀ ਇੱਕ ਚੀਜ਼ ਨੋਟ ਕਰ ਲਿਓ ਕਿ ਜਿਹੜੇ ਮੁਲਖਾਂ ਦੇ ਵਿੱਚ ਪਾਵ ਇੰਡੀਆ ਦੇ ਵਿੱਚ ਹੁਣ ਨਵੰਬਰ ਚੱਲ ਰਿਹਾ ਮਹੀਨਾ ਇਸ ਮਹੀਨੇ ਦੇ ਸਨਾਹ ਹਿਸਾਬ ਨਾਲ ਜਿੱਥੇ-ਜਿੱਥੇ ਠੰਡ ਪੈ ਰਹੀ ਹੈ ਉੱਥੇ ਹੀ ਇਹ ਪੰਜੀਰੀ ਖਾਦੀ ਜਾ ਸਕਦੀ ਹੈ ਜਿੱਥੇ ਗਰਮੀ ਪੈ ਰਹੀ ਹੈ ਉੱਥੇ ਤੁਸੀਂ ਮੈਂ ਇੱਕ ਆਲਰੇਡੀ ਵੀਡੀਓ ਬਣਾਈ ਹੋਈ ਆ ਭਖੜੇ ਵਾਲੀ ਯੂਰਿਕ ਐਸਿਡ ਲਈ ਸਪੈਸ਼ਲ ਤੇ ਆਸਟਿਓਰਥਰਾਇਟਿਸ ਲਈ ਕਿਓ ਵਾਲੀ ਸਪੈਸ਼ਲ ਦੋਨਾਂ ਵੀਡੀਓਜ਼ ਦੇ ਲਿੰਕ ਤੁਹਾਨੂੰ ਸਕਰੀਨ ਤੇ ਸ਼ੋ ਹੋ ਰਹੇ ਨੇ ਤੁਸੀਂ ਇਹਨਾਂ ਵਿੱਚੋਂ ਦੇਖ ਸਕਦੇ ਹੋ ਸੋ ਸ਼ੁਰੂਆਤ ਕਰਦੇ ਹਾਂ ਜੀ ਕਿ ਆਪਾਂ ਨੂੰ ਸਮਾਨ ਕੀ ਕੀ ਚਾਹੀਦਾ ਸਭ ਤੋਂ ਪਹਿਲਾਂ ਆਪਾਂ ਲੈਣਾ ਜੀ 1 ਕਿਲੋ ਆਟਾ ਸਿਰਫ ਆਟਾ ਯੂਜ਼ ਕਰਨਾ ਜਿਨ੍ਹਾਂ ਲੋਕਾਂ ਨੂੰ ਕਣਕ ਤੋਂ ਅਲਰਜੀ ਹੈ ਉਹੀ ਵੇਸਨ ਯੂਜ਼ ਕਰ ਸਕਦੇ ਨੇ ਕਿਉਂਕਿ ਯੂਰਿਕ ਐਸਿਡ ਵਾਲੇ ਮਰੀਜ਼ਾਂ ਦੇ ਵਿੱਚ ਇਹ ਦਿੱਕਤ ਹੁੰਦੀ ਆ ਕਿ ਉਹਨਾਂ ਨੂੰ ਹਾਈਪੋਟੀਨ ਵਾਲੀਆਂ ਡਾਈਟਸ ਤੋਂ ਬਚਾਅ ਕਰਨਾ ਪੈਂਦਾ ਸੋ ਅਗਲੀ ਚੀਜ਼ ਸਾਨੂੰ ਚਾਹੀਦੀ ਹੈ ਜੀ ਖੰਡ ਜਿਨ੍ਹਾਂ ਨੂੰ 슈ਗਰ ਹੈ ਉਹ ਖੰਡ ਘੱਟ ਲੈ ਸਕਦੇ ਆ ਵੈਸੇ 1 ਕਿਲੋ ਆਟੇ ਦੇ ਹਿਸਾਬ ਨਾਲ ਅੱਧਾ ਕਿਲੋ ਖੰਡ ਪੈਣੀ ਹੈ ਤੁਸੀਂ ਬੂਰਾ ਖੰਡ ਵੀ ਲੈ ਸਕਦੇ ਹੋ ਦੇਸੀ ਖੰਡ ਵੀ ਲੈ ਸਕਦੇ ਹੋ ਸ਼ੱਕਰ ਵੀ ਲੈ ਸਕਦੇ ਹੋ ਉਸ ਤੋਂ ਅੱਗੇ ਆਪਾਂ ਨੂੰ ਚਾਹੀਦਾ 1 ਕਿਲੋ ਆਟੇ ਵਾਸਤੇ ਕਿਲੋ ਦੇਸੀ ਘਿਓ ਸਿਰਫ ਦੇਸੀ ਘਿਓ ਲੈਣਾ ਜੀ ਨਾ ਡਾਲਡਾ ਲੈਣਾ ਨਾ ਦਸੌਰੀ ਲੈਣਾ ਹੋਰ ਕਿਸੇ ਚ ਸਹੀ ਰਿਜ਼ਲਟ ਨਹੀਂ ਦਿੰਦੀਗੀ ਸੋ ਉਸ ਤੋਂ ਅੱਗੇ ਜਿਹੜੀਆਂ ਇਹ ਤਾਂ ਸੀਗਾ ਸਾਡਾ ਬੇਸ ਤਿੰਨੇ ਚੀਜ਼ਾਂ ਆਟਾ ਖੰਡ ਤੇ ਦੇਸੀ ਘਿਓ ਹੁਣ ਜੋ ਆਪਣੀਆਂ ਚਾਰ ਦਵਾਈਆਂ ਨੇ ਇਹ ਸਪੈਸ਼ਲ ਨੇ ਜਿਹੜੀਆਂ ਇਹਦੇ ਵਿੱਚ ਕੰਮ ਕਰਦੀਆਂ ਨੇ ਸੋ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਦੇ ਹਾਂ ਜੀ ਇਹ ਹੈ ਜੀ ਮੇਥਰਿਆਂ ਦਾ ਆਟਾ ਜਿਹਨੂੰ ਆਪਾਂ ਮੇਥੀ ਦਾਣੇ ਦਾ ਆਟਾ ਵੀ ਬੋਲਦੇ ਆ ਇਹ ਤੁਸੀਂ ਲੈਣਾ 100 ਗ੍ਰਾਮ ਸਭ ਤੋਂ ਕਾਰਗਰ ਦਵਾਈ ਹੈ ਜੀ ਗਠੀਏ ਦੇ ਵਿੱਚ ਜਿਨ੍ਹਾਂ ਲੋਕਾਂ ਦੇ ਅੰਗ ਤੱਕ ਵਿੰਗੇ ਹੋ ਜਾਂਦੇ ਹਨ ਨਾ ਜਾਂ ਗਿੱਟੇ ਬਹੁਤ ਜ਼ਿਆਦਾ ਸੋਜ ਜਾਂਦੇ ਆ ਗੋਡੇ ਬਹੁਤ ਜ਼ਿਆਦਾ ਸੋਜ ਜਾਂਦੇ ਆ ਗੁੱਟ ਬਹੁਤ ਜ਼ਿਆਦਾ ਸੋਜ ਜਾਂਦੇ ਰਾਤ ਨੂੰ ਦਰਦ ਬਹੁਤ ਜ਼ਿਆਦਾ ਹੁੰਦੀ ਹੈ ਜੋੜਾਂ 'ਚ ਉਹਨਾਂ ਲੋਕਾਂ ਲਈ ਬਹੁਤ ਕਾਰਗਰ ਔਸ਼ਧੀ ਹੈ ਜਿੱਥੇ ਗਰਮੀ ਹੈ ਉੱਥੇ ਇੱਕ ਸਪੈਸ਼ਲ ਟਿਪ ਤੁਹਾਨੂੰ ਦੇ ਦੇਣਾ ਤੁਸੀਂ ਇੱਕ ਚਮਚ ਮੇਥਰੇ ਲੈ ਕੇ ਰਾਤ ਨੂੰ ਗਰਮ ਪਾਣੀ ਵਿੱਚ ਭਿਉ ਕੇ ਸੁਬਾ ਉਸੇ ਗਰਮ ਪਾਣੀ ਨੂੰ ਪੀ ਲੋ ਤੇ ਨਾਲ ਮੇਥਰੇ ਖਾ ਲੋ ਜਿੱਦਾਂ ਦੇਸ਼ਾਂ ਦੇ ਵਿੱਚ ਗਰਮੀਆਂ ਜਿੱਥੇ ਇਹ ਪੰਜੀਰੀ ਨਹੀਂ ਵਰਤ ਸਕਦੇ ਉਹ ਇਹ ਟਿਪ ਵਰਤ ਲੈਣ ਸੋ ਉਸ ਤੋਂ ਅਗਲੀ ਚੀਜ਼ ਸਾਨੂੰ ਜੋ ਚਾਹੀਦੀ ਹੈ ਕਮਰ ਕੱਸ ਕਮਰ ਕੱਸ ਦੇ ਨਾਂ ਤੋਂ ਹੀ ਸਜੈਸਟ ਹੋ ਜਾਂਦਾ ਕਿ ਕੀ ਚੀਜ਼ ਆ ਢਿੱਲੀਆਂ ਕਮਰਾਂ ਨੂੰ ਕੱਸ ਦਿੰਦੀ ਹੈ ਭਾਵ ਜਿਹੜਾ ਵਾਈ ਕਰਕੇ ਜੋੜਾਂ 'ਚ ਗੈਪ ਆ ਜਾਂਦਾ ਸਾਡੇ ਟਿਸ਼ੂ ਕਮਜ਼ੋਰ ਹੋ ਜਾਂਦੇ ਜੋੜਾਂ ਨੂੰ ਫੜ ਕੇ ਰੱਖਣ ਵਾਲੇ ਲਿਗਾਮੈਂਟਸ ਉਹਨਾਂ ਦੇ ਲਈ ਬਹੁਤ کارਗਰ ਰੋਸ਼ਦੀ ਹੈ ਉਸ ਤੋਂ ਅਗਲੀ ਚੀਜ਼ ਜਿਹੜੀ ਸਾਨੂੰ ਚਾਹੀਦੀ ਆ ਭਖੜੇ ਦਾ ਆਟਾ ਲੈ ਲਓ ਚਾਹੇ ਤੁਸੀਂ ਭਖੜੇ ਦਾ ਪਾਊਡਰ ਲੈ ਲਓ 50 ਗ੍ਰਾਮ ਤੁਸੀਂ ਮੈਂ ਦੁਬਾਰਾ ਰਿਪੀਟ ਕਰ ਦੇਣਾ ਕੀ ਕੀ ਚਾਹੀਦਾ ਆ 100 ਗ੍ਰਾਮ ਲੈਣਾ ਆ ਮੇਥਰੀਆਂ ਦਾ ਆਟਾ 50 ਗ੍ਰਾਮ ਕਮਰਕਸ 100 ਗ੍ਰਾਮ ਤੁਸੀਂ ਲੈਣਾ ਆ ਭਖੜੇ ਦਾ ਆਟਾ ਜਾਂ ਭਖੜੇ ਦਾ ਪਾਊਡਰ ਭਖੜਾ ਅਸਲ ਦੇ ਵਿੱਚ ਜਿਹੜਾ ਯੂਰਿਕ ਐਸਿਡ ਸਾਡੀਆਂ ਕਿਡਨੀਆਂ ਬਾਹਰ ਨਹੀਂ ਨਾ ਕੱਟ ਪਾਉਂਦੀਆਂ ਉਹ ਸੀ ਯੂਰਿਕ ਐਸਿਡ ਨੂੰ ਬਾਹਰ ਕੱਢਦਾ ਆ ਇਸ ਤੋਂ ਵੀ ਅਗਲੀ ਖਾਸੀਅਤ ਕਿ ਭਖੜਾ ਜਿਹੜਾ ਹੁੰਦਾ ਹੈ ਬਹੁਤ ਜ਼ਿਆਦਾ ਤਾਕਤਵਾਰ ਔਸ਼ਧੀ ਹੈ ਜਿੰਨਾ ਲੋਕਾਂ ਨੂੰ ਵਾਈ ਦੇ ਰੋਗਾਂ ਕਰਕੇ ਸਰੀਰ 'ਚ ਕਮਜ਼ੋਰੀ ਆ ਜਾਂਦੀ ਹੈ ਉਸ ਕਮਜ਼ੋਰੀ ਨੂੰ ਵੀ ਠੀਕ ਕਰਦਾ ਆ ਕਿਡਨੀ ਦੀ ਐਫੀਸ਼ੀਐਂਸੀ ਨੂੰ ਤਾਂ ਵਧਾਉਂਦਾ ਹੀ ਵਧਾਉਂਦਾ ਹੈ ਸੋ ਉਸ ਤੋਂ ਅਗਲੀ ਜਿਹੜੀ ਚੀਜ਼ ਸਾਨੂੰ ਚਾਹੀਦੀ ਹੈ 50 ਗ੍ਰਾਮ ਅਸ਼ਵਗੰਧਾ ਦਾ ਪਾਊਡਰ ਜਾਂ ਅਸ਼ਵਗੰਧਾ ਦਾ ਆਟਾ ਲੈ ਲੋ ਜਿਹਨੂੰ ਅਸੀਂ ਪੰਜਾਬੀ 'ਚ ਅੱਕ ਸਿਨ ਵੀ ਬੋਲਦੇ ਆ ਆਟੇ ਨੂੰ ਇੰਗਲਿਸ਼ ਦੇ ਵਿੱਚ ਪਾਊਡਰ ਬੋਲਿਆ ਜਾਂਦਾ ਆ ਸੋ ਅਸ਼ਵਗੰਧਾ ਇੱਡੀ ਕਾਰਗਰ ਔਸ਼ਧੀ ਹੈ ਨਾ ਕਿ ਚੀਨ ਦੇ ਵਿੱਚ ਇੱਕ ਜੜੀ ਬੂਟੀ ਮਿਲਦੀ ਹੈ ਜਿਹਦਾ ਨਾਮ ਜਿੰਗਸਿੰਗਾ ਜਿੰਗਸਿੰਗ ਜਿੰਨੇ ਰੋਗਾਂ 'ਚ ਕੰਮ ਕਰਦੀ ਹੈ ਉਸ ਤੋਂ ਕਰੀਬ ਦੁੱਗਣੇ ਰੋਗਾਂ ਦੇ ਵਿੱਚ ਅਸ਼ਵਗੰਧਾ ਕੰਮ ਕਰਦਾ ਆ ਸੋ ਇਹ ਬਹੁਤ ਸੌਖੀ ਆ ਪੰਜੀਰੀ ਬਣਾਉਣੀ ਦੇਖੋ ਮੇਰੇ ਜ਼ਿਆਦਾਤਰ ਟ੍ਰੀਟਮੈਂਟ ਜਿਹੜੇ ਨੇ ਉਹ ਖਾਣੇ ਦੇ ਨਾਲ ਹੀ ਸੰਬੰਧਿਤ ਨੇ ਤਾਂ ਕਿ ਅਸੀਂ ਘਰ ਦੇ ਵਿੱਚ ਸਾਰੀਆਂ ਚੀਜ਼ਾਂ ਤਿਆਰ ਕਰ ਸਕਦੇ ਆ ਸੋ ਹੁਣ ਸ਼ੁਰੂਆਤ ਕਰਦੇ ਆ ਕਿ ਆਪਾਂ ਇਸ ਪੰਜੀਰੀ ਨੂੰ ਬਣਾਉਣਾ ਕਿਵੇਂ ਆ ਸਭ ਤੋਂ ਪਹਿਲਾਂ ਆਪਾਂ ਚੁੱਲੇ ਦੇ ਵਿੱਚ ਅੱਗ ਬਾਲ ਲੈਣੀ ਤਾਂ ਕਿ ਥੋੜਾ ਜਿਹਾ ਚੁੱਲੇ ਨੂੰ ਸੇਕ ਮਿਲ ਜਾਵੇ ਤੁਸੀਂ ਗੈਸ ਤੇ ਵੀ ਬਣਾ ਸਕਦੇ ਹੋ ਆਪਦੀ ਸਹੂਲਤ ਦੇ ਨਾਲ ਪਰ ਗੱਲ ਕੀ ਹੁੰਦੀ ਵੀ ਚੁੱਲੇ ਦੀ ਅੱਗ ਜਿਹੜੀ ਹੁੰਦੀ ਉਹ ਮੱਠੀ ਅੱਗ ਨਹੀਂ ਜਾਂਦੀ ਆ ਜਿਹਦੇ ਨਾਲ ਚੀਜ਼ਾਂ ਸੜਦੀਆਂ ਨਹੀਂ ਸੋ ਕੜਾਈ ਰੱਖ ਲੈਣੀ ਆ ਕੜਾਈ ਨੂੰ ਕੁਛ ਦੇਰ ਲਈ ਗਰਮ ਹੋਣ ਦੇਣਾ ਕੜਾਈ ਗਰਮ ਹੋਣ ਤੋਂ ਬਾਅਦ ਆਪਾਂ ਜੋ 1 ਕਿਲੋ ਦੇਸੀ ਘਿਓ ਲੈ ਆ ਉਸ ਨੂੰ ਪਾ ਦੇਣਾ ਕੜਾਈ ਦੇ ਵਿੱਚ ਦੇਖੋ ਜਿਵੇਂ ਹੁਣ ਕਲਕੰਦੀ ਆਵਾਜ਼ ਆ ਰਹੀ ਆ ਨਾ ਘਿਓ ਦੇ ਤੇ ਇਸ ਤਰੀਕੇ ਨਾਲ ਇਹਨੂੰ ਮੱਠੀ ਅੱਗ ਤੇ ਕਲਕਾਉਣਾ ਆ ਪਹਿਲਾਂ ਕਿਓ ਸਾੜਨ ਦਾ ਅਸਲ ਕਾਰਨ ਇਹ ਹੁੰਦਾ ਕਿ ਕਿਓ ਦੇ ਵਿੱਚ ਕੁਝ ਮਾਤਰਾ ਦੇ ਵਿੱਚ ਪਾਣੀ ਹੁੰਦਾ ਆ ਇਹਨੂੰ ਥੋੜਾ ਜਿਹਾ ਸੈੱਟ ਕਰਨਾ ਪੈਂਦਾ ਚੀਜ਼ ਨੂੰ ਬਣਾਉਣ ਦੇ ਲਈ ਸੋ ਜਿੰਨਾ ਚਿਰ ਤੱਕ ਕਿਓ ਗਰਮ ਹੁੰਦਾ ਆ ਮੈਂ ਤੈਨੂੰ ਹੋਰ ਵੀ ਕਈ ਚੀਜ਼ਾਂ ਇਸ ਵੀਡੀਓ ਦੇ ਵਿੱਚ ਨਾਲ ਦੀ ਨਾਲ ਦੱਸਦਾ ਜਾਵਾਂਗਾ ਹੁਣ ਆਪਣਾ ਅੱਗ ਤੇ ਧਰੀ ਹੋਈ ਜਿਹੜੀ ਕਰਾਈ ਸੀ ਉਹਦੇ ਵਿੱਚ ਕਿਓ ਜਿਹੜਾ ਪੰਗਲ ਚੁੱਕਾ ਥੋੜਾ ਜਿਹਾ ਕਲਕ ਚੁੱਕਾ ਆ ਜਿਆਦਾ ਨਾ ਸਾੜ ਲਿਓ ਹੁਣ ਜਿਹੜਾ ਆਪਾਂ ਇਹਦੇ ਲਈ 1 ਕਿਲੋ ਆਟਾ ਲੈਣਾ ਆ ਉਹ ਸਾਰਾ ਆਟਾ ਸਹੀਜੇ ਸਹੀਜੇ ਪਾ ਦੇਣਾ ਆਪਾਂ ਇਹਦੇ ਵਿੱਚ ਇੱਕਦਮ ਨਾ ਆਟਾ ਪਾਇਆ ਜੇ ਨਹੀਂ ਤਾਂ ਗੰਢਾਂ ਬਣ ਜਾਣਗੀਆਂ ਫਿਰ ਉਹਨੂੰ ਨਾ ਢੋਲਣਾ ਬੜਾ ਔਖਾ ਹੋ ਜਾਂਦਾ ਸਹੀਜੇ ਸਹੀਜੇ ਆਟਾ ਪਾਓ ਕੋਈ ਕਾਲੀ ਕਰਨ ਦੀ ਲੋੜ ਨਹੀਂ ਹੈਗੀ ਇਸ ਪੰਜੀਰੀ ਨੂੰ ਬਣਾਉਣ ਤੇ ਵੱਧ ਤੋਂ ਵੱਧ ਅੱਧਾ ਘੰਟਾ ਲੱਗੇਗਾ ਅਸਲ ਦੇ ਵਿੱਚ ਵਾਈ ਦੇ ਰੋਗ ਇਸ ਲਈ ਸਾਡੇ ਸਮਾਜ ਦੇ ਵਿੱਚ ਜ਼ਿਆਦਾ ਵੱਧ ਰਹੇ ਕਿਉਂਕਿ ਸਾਡਾ ਖਾਣ ਪੀਣ ਬਹੁਤ ਜ਼ਿਆਦਾ ਦੂਸ਼ਿਤ ਹੋ ਚੁੱਕਾ ਆ ਅਸੀਂ ਬੇਹੱਦ ਜ਼ਿਆਦਾ ਮਸਾਲੇ ਵਾਲੇ ਭੋਜਨ ਬੇਹੱਦ ਜ਼ਿਆਦਾ ਤਲੇ ਭੋਜਨ ਬੇਹੱਦ ਜ਼ਿਆਦਾ ਠੰਡੇ ਭੋਜਨ ਖਾਂਦੇ ਆ ਤੇ ਇਹ ਸਾਰੇ ਭੋਜਨ ਕਾਰਨ ਨੇ ਵਾਈ ਦੇ ਰੋਗਾਂ ਨੂੰ ਪੈਦਾ ਕਰਨ ਦੇ ਲਈ ਕਿਉਂਕਿ ਇੱਕ ਤੁਹਾਨੂੰ ਇੱਕ ਪੁਆਇੰਟ ਦੱਸ ਦੇਣਾ ਆ ਜਿਹੜਾ ਯੂਰਿਕ ਐਸਿਡ ਹੁੰਦਾ ਨਾ ਅਗਰ ਤੁਸੀਂ ਇਸ 1 ਗ੍ਰਾਮ ਯੂਰਿਕ ਐਸਿਡ ਨੂੰ ਗਰਮ ਪਾਣੀ ਦੇ ਵਿੱਚ ਘੋਲੋਗੇ ਤਾਂ ਸਿਰਫ 200 ਮਲੀਲੀਟਰ ਦੇ ਵਿੱਚ ਉਹ ਘੁਲ ਜਾਏਗਾ ਪਰ ਉਸੇ 1 ਗ੍ਰਾਮ ਯੂਰਿਕ ਐਸਿਡ ਨੂੰ ਅਗਰ ਤੁਸੀਂ ਠੰਡੇ ਪਾਣੀ ਵਿੱਚ ਘੋਲੋਗੇ ਤਾਂ 15000 ਮਲੀਲੀਟਰ ਵਿੱਚ ਘੁਲੇਗਾ ਸੋ ਇਹੀ ਕਾਰਨ ਮੇਨ ਆ ਤੁਹਾਡੀਆਂ ਕਿਡਨੀਆਂ ਡੈਮੇਜ ਹੋਣ ਦਾ ਤੁਸੀਂ ਜਦੋਂ ਜ਼ਿਆਦਾ ਠੰਡੇ ਭੋਜਨ ਖਾਂਦੇ ਹੋ ਜਿਆਦੀ ਠੰਡੀ ਤਜ਼ੀਰ ਵਾਲੇ ਭੋਜਨ ਖਾਂਦੇ ਉਹਨਾਂ ਦਾ ਕਿਡਨੀਆਂ ਤੱਕ ਡੈਮੇਜ ਹੁੰਦੀਆਂ ਨੇ ਜਿਹੜੇ ਲੋਕ ਆਪਦੇ ਭੋਜਨ ਨੂੰ ਮੌਸਮ ਦੇ ਹਿਸਾਬ ਨਾਲ ਖਾਂਦੇ ਨੇ ਉਹਨਾਂ ਲੋਕਾਂ ਨੂੰ ਬਿਮਾਰੀਆਂ ਵੀ ਬਹੁਤ ਘੱਟ ਲੱਗਦੀਆਂ ਨੇ ਸੋ ਹੁਣ ਜਿਵੇਂ ਆਟਾ ਆਪਾਂ ਘਿਓ ਦੇ ਵਿੱਚ ਲਾ ਰਹੇ ਇਹਨੂੰ ਹਲਕਾ ਜਿਹਾ ਭੁੰਨਾਗੇ ਆਪਾਂ ਹੁਣ ਹਲਕੀ ਅੱਗ ਤੇ ਲਗਭਗ 5 ਤੋਂ 6 ਮਿੰਟ ਬਾਅਦ ਆਟਾ ਪੂਰੀ ਤਰੀਕੇ ਨਾਲ ਘਿਓ ਨੂੰ ਇੱਕ ਵਾਰੀ ਸੋਖ ਲੈਂਦਾ ਆ ਪੰਜੀਰੀ ਬਣਾਉਣ ਲੱਗਿਆ ਇੱਕ ਵਾਰੀ ਆਟਾ ਘਿਓ ਨੂੰ ਸੋਕੇਗਾ ਬਾਅਦ ਦੇ ਵਿੱਚ ਲਾਲ ਹੁੰਦਾ ਜਾਏਗਾ ਜਿਵੇਂ ਜਿਵੇਂ ਆਟਾ ਜਿਵੇਂ ਜਿਵੇਂ ਆਟਾ ਭੁੱਜਦਾ ਜਾਏਗਾ ਓਵੇਂ ਓਵੇਂ ਘਿਓ ਨੂੰ ਛੱਡਣਾ ਸ਼ੁਰੂ ਕਰ ਦਵੇਗਾ ਹੁਣ 2-4 ਮਿੰਟ ਦੇ ਵਿੱਚ ਘਿਓ ਆ ਜਿਹੜਾ ਆਟਾ ਛੱਡਣਾ ਸ਼ੁਰੂ ਕਰ ਦੇਵੇਗਾ ਹੁਣ ਆਟਾ ਘਿਓ ਛੱਡਣਾ ਸ਼ੁਰੂ ਕਰ ਗਿਆ ਆ ਤੇ ਨਾਲ ਹੀ ਹਲਕਾ ਹਲਕਾ ਭੁੱਜਣਾ ਸ਼ੁਰੂ ਹੋ ਗਿਆ ਆ ਸੋ 5-4 ਮਿੰਟ ਹੋਰ ਭੁੰਨਣ ਤੋਂ ਬਾਅਦ ਆਟੇ ਨੂੰ ਆਪਾਂ ਇਹਦੇ ਵਿੱਚ ਬਾਕੀ ਸਮਾਨ ਪਾਵਾਂਗੇ ਵੀਡੀਓ ਪੂਰੀ ਧਿਆਨ ਨਾਲ ਦੇਖਿਓ ਮੈਂ ਲਾਸਟ ਤੇ ਪਰਹੇਜ ਤੇ ਖਾਣਾ ਕਿੱਦਾਂ ਆ ਇਹ ਸਾਰੀਆਂ ਚੀਜ਼ਾਂ ਮੈਂਸ਼ਨ ਕਰਾਂਗਾ ਹੁਣ ਲਗਭਗ ਆਪਣਾ ਆਟਾ ਭੁੱਜ ਚੁੱਕਾ ਆ ਤਿਆਰ ਹੋ ਚੁੱਕਾ ਬਾਕੀ ਦੀਆਂ ਦਵਾਈਆਂ ਪਾਉਣ ਦੇ ਲਈ ਸੋ ਹੁਣ ਆਪਾਂ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਕਿਹੜੀ-ਕਿਹੜੀ ਦਵਾਈ ਪਾਉਣੀ ਆ ਨਾਲ ਦੀ ਨਾਲ ਤੁਹਾਨੂੰ ਦੱਸਦਾ ਜਾਵਾਂਗਾ ਤੇ ਕਿੰਨੀ-ਕਿੰਨੀ ਮਾਤਰਾ ਦੇ ਵਿੱਚ ਪਾਉਣੀ ਆ ਇਹ ਵੀ ਦੁਬਾਰਾ ਤੋਂ ਰਿਪੀਟ ਕਰਦਾ ਜਾਵਾਂਗਾ ਸੋ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਇਹਦੇ ਵਿੱਚ ਜੋ ਆਪਾਂ ਮੇਥਰੇ ਲੈ ਸੀਗੇ ਮੇਥਰਿਆਂ ਦਾ ਆਟਾ ਲੈ ਸਕਦੇ ਹੋ ਮੇਥੀ ਦਾ ਆਟਾ ਵੀ ਲੈ ਸਕਦੇ ਹੋ ਮੇਥੀ ਥੋੜੀ ਜਿਹੀ ਬਰੀਕ ਹੁੰਦੀ ਹੈ ਮੇਥਰੇ ਥੋੜੇ ਜਿ ਮੋਟੇ ਹੁੰਦੇ ਆ 100 ਗ੍ਰਾਮ ਆਪਾਂ ਮੇਥਰਿਆਂ ਦਾ ਆਟਾ ਲੈ ਕੇ 1 ਕਿਲੋ ਆਟੇ ਦੀ ਪੰਜੀਰੀ ਵਿੱਚ ਪਾਉਣਾ ਆ ਤੁਸੀਂ ਜੇ ਜਿਆਦਾ ਪੰਜੀਰੀ ਬਣਾਉਣੀ ਆ ਤੇ ਉਸੇ ਹਿਸਾਬ ਨਾਲ ਇਹਨੂੰ ਮਲਟੀਪਲਾਈ ਕਰਦੇ ਜਾਇਆ ਜੇ ਹੁਣ ਆਪਾਂ ਇਹਦੇ ਵਿੱਚ ਮੇਥਰਿਆਂ ਦਾ ਆਟਾ ਪਾਵਾਂਗੇ ਮੇਥਰਿਆਂ ਦਾ ਆਟਾ ਤੁਸੀਂ ਪਹਿਲੇ ਨੰਬਰ ਤੇ ਪਾਉਣਾ ਕਿਉਂਕਿ ਇਹ ਥੋੜਾ ਜਿਹਾ ਜਿਆਦਾ ਭੁੰਨਾ ਪੈਂਦਾ ਹੈ ਬਾਕੀ ਦਵਾਈਆਂ ਨਾਲੋਂ ਚੰਗੀ ਤਰ੍ਹਾਂ ਮੇਥਰੇ ਲਾਉਣ ਤੋਂ ਬਾਅਦ ਇਸ ਤੋਂ ਬਾਅਦ ਆਪਾਂ ਅਗਲੀ ਚੀਜ਼ ਪਾਵਾਂਗੇ ਜੋ ਆਪਾਂ 50 ਗ੍ਰਾਮ ਕਮਰ ਕਸ ਲਈ ਸੀ 50 ਗ੍ਰਾਮ ਕਮਰ ਕਸ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਨੰਬਰ 2 ਤੇ ਕਮਰ ਕਸ ਪੈਣੀ ਜਿਹੜੇ ਹਿਸਾਬ ਨਾਲ ਚੀਜ਼ਾਂ ਮੈਂ ਪੰਜੀਰੀ ਚ ਪਾ ਰਿਹਾ ਉਸੇ ਹਿਸਾਬ ਨਾਲ ਪਾਇਓ ਤਾਂ ਹੀ ਇਹ ਸਹੀ ਬੰਨੀ ਆ ਅੱਗੜ ਪਿਛੜ ਨਾਲ ਚੀਜ਼ਾਂ ਹੋ ਜਾਣਾ ਜਿਹੜੇ ਵਾਈ ਵਾਲੇ ਮਰੀਜ਼ ਹੁੰਦੇ ਹਨ ਨਾ ਉਹਨਾਂ ਦੀ ਮੈਂ ਇੱਕ ਹੋਰ ਨਿਸ਼ਾਨੀ ਤੁਹਾਨੂੰ ਦੱਸ ਦਿੰਨਾ ਆ ਕਿ ਰਾਤ ਨੂੰ ਜਦੋਂ ਸੌਂਦੇ ਆ ਜਾਂ ਸੌਣ ਲੱਗਦੇ ਆ ਉਦੋਂ ਬਹੁਤ ਜ਼ਿਆਦਾ ਜੋੜਾਂ ਦੇ ਵਿੱਚ ਦਰਦ ਹੁੰਦਾ ਜਿਵੇਂ ਮੋਢੇ ਤੇ ਜੇ ਦਰਦ ਹੁੰਦਾ ਤਾਂ ਪੂਰੀ ਬਾਹਂ ਚ ਜਾਂਦਾ ਆ ਚੂਕਨੇ ਚ ਦਰਦ ਹੁੰਦਾ ਪੂਰੀ ਲੱਤ ਚ ਜਾਂਦਾ ਗੋਡੇ ਚ ਦਰਦ ਹੁੰਦਾ ਪੂਰੀ ਲੱਤ ਚ ਜਾਂਦਾ ਇਸ ਤਰ੍ਹਾਂ ਦੇ ਦਰਦ ਹੁੰਦੇ ਆ ਤੇ ਉਹ ਦਰਦ ਉਹ ਘੱਟ ਹੁੰਦਾ ਆ ਜਦੋਂ ਆਪਾਂ ਉਹਨੂੰ ਗਰਮ ਕੱਪੜੇ ਨਾਲ ਜਾਂ ਗਰਮ ਬਾਮ ਦੇ ਨਾਲ ਮ사ਜ ਕਰਦੇ ਆ ਜਾਂ ਬੰਨ ਦਿੰਦੇ ਆ ਵਾਈ ਵਾਲੇ ਦਰਦਾਂ ਦੀ ਮੁੱਖ ਨਿਸ਼ਾਨੀ ਇਹ ਹੈ ਕਿ ਠੰਡੇ ਮੌਸਮ ਦੇ ਵਿੱਚ ਸਰੀਰ ਚ ਦਰਦਾਂ ਤੇ ਕੜੱਲਾਂ ਜਿਆਦੀਆਂ ਪੈਣਗੀਆਂ ਸੋ ਵਾਈ ਵਾਲੇ ਸਰੀਰ ਜਿਹੜੇ ਨੇ ਜਾਂ ਵਾਈ ਵਾਲੇ ਮਰੀਜ਼ ਨੇ ਜੇ ਉਹਨਾਂ ਦਾ ਸਰੀਰ ਕਮਜ਼ੋਰ ਵੀ ਹੋਣ ਲੱਗ ਪੈਂਦਾ ਕਿਉਂਕਿ ਜਿਵੇਂ ਜਿਵੇਂ ਸਾਡੀ ਉਮਰ ਵੱਧਦੀ ਆ ਤਵੇਂ ਤਵੇਂ ਸਾਡੇ ਸਰੀਰ ਦੇ ਵਿੱਚ ਵਾਈ ਵੱਧਦੀ ਆ ਤੇ ਵਾਈ ਖੁਸ਼ਕ ਹੁੰਦੀ ਆ ਵਾਯੂ ਖੁਸ਼ਕ ਹੁੰਦੀ ਆ ਤੇ ਸਾਡੇ ਸਰੀਰ ਵਿੱਚ ਕਮਜ਼ੋਰੀ ਆ ਜਾਂਦੀ ਆ ਹੁਣ ਤੁਸੀਂ ਵੇਖੋ ਇਹਦਾ ਰੰਗ ਕੋਛਾ ਤੇ ਦਾ ਇਸ ਤਰ੍ਹਾਂ ਦਾ ਹੋ ਚੁੱਕਾ ਆ ਹੁਣ ਆਪਾਂ ਅਗਲੇ ਨੰਬਰ ਤੇ ਪਾਵਾਂਗੇ 100 ਗ੍ਰਾਮ ਭਖੜਾ ਭਖੜੇ ਦਾ ਤੁਸੀਂ ਚਾਹੇ ਆਟਾ ਲੈ ਲਿਓ ਚਾਹੇ ਤੁਸੀਂ ਭਖੜੇ ਦਾ ਪਾਊਡਰ ਲੈ ਲਿਓ ਦੋਨੇ ਚੀਜ਼ਾਂ ਹੀ ਤੁਸੀਂ ਲੈ ਸਕਦੇ ਹੋ ਸੋ ਭਖੜਾ ਕਿਡਨੀ ਇਸ ਦੀ ਐਫੀਸ਼ੀਐਂਸੀ ਨੂੰ ਅਪਰੂਵ ਕਰਦਾ ਆ ਵਾਈ ਨੂੰ ਦੂਰ ਕਰਦਾ ਆ ਕਮਜ਼ੋਰੀ ਨੂੰ ਦੂਰ ਕਰਦਾ ਆ ਸਰੀਰ ਨੂੰ ਤਾਕਤ ਦਿੰਦਾ ਆ ਬਹੁਤ ਜ਼ਿਆਦਾ ਦਵਾਈਆਂ ਦੇ ਵਿੱਚ ਇਹ ਚੀਜ਼ ਪੈਂਦੀ ਆ ਭਖੜਾ ਰਲਾਵਣਾ ਫਿਰ ਚੰਗੀ ਤਰ੍ਹਾਂ ਤੀਜੇ ਨੰਬਰ ਤੇ ਹਰ ਚੀਜ਼ ਸੇਜੇ ਸੇਜੇ ਤੁਸੀਂ ਪਾਉਣੀ ਆ ਇੱਕਦਮ ਨਾ ਪਾਇਓ ਨਹੀਂ ਤਾਂ ਫਿਰ ਪੰਜੀਰੀ ਚ ਨਾ ਰਲਦੀ ਨੀਗੀ ਇਹਨੂੰ ਇਕਵਲੀ ਸਪਰੈਡ ਕਰਨਾ ਤੁਸੀਂ ਪੂਰੇ ਆਟੇ ਤੇ ਤੇ ਥੋੜੀ ਜੀ ਮਿਹਨਤ ਲੱਗਦੀ ਆ ਇਹਨੂੰ ਬਣਾਉਣ ਤੇ ਪਰ ਯਕੀਨ ਮੰਨਿਓ ਜਿਨ੍ਹਾਂ ਦਾ ਗਠੀਆ ਪ੍ਰਾਣੀਆਂ ਹੋ ਚੁੱਕਾ ਆ ਦਵਾਈਆਂ ਨਾਲ ਵੀ ਨਹੀਂ ਠੀਕ ਹੁੰਦਾ ਪਿਆ ਹੁਣ ਦਵਾਈਆਂ ਦੇ ਵਿੱਚ ਪ੍ਰੋਬਲਮ ਇਹ ਆ ਕਿ ਦਵਾਈਆਂ ਸੀ ਖਾਣੇ ਆ ਉਹ ਬਿਮਾਰੀ ਠੀਕ ਕਰਨ ਦੇ ਬਜਾਏ ਹੋਰ ਬਿਮਾਰੀਆਂ ਨਾਲ ਲਾ ਦਿੰਦੀਆਂ ਨੇ ਸੋ ਉਹਨਾਂ ਲੋਕਾਂ ਲਈ ਬਹੁਤ کارਗਰ ਆ ਸੋ ਤਿੰਨ ਚੀਜ਼ਾਂ ਪਰ ਲਾ ਚੁੱਕੇ ਆ ਤੇ ਇਹਦਾ ਰੰਗ ਕੁਛ ਹੁਣ ਜਿਵੇਂ ਮਿੱਟੀ ਰੰਗਾ ਹੁੰਦਾ ਨਾ ਉਸ ਤਰ੍ਹਾਂ ਦਾ ਹੋ ਜਾਏਗਾ ਚੰਗੀ ਤਰ੍ਹਾਂ ਰਲਾਉਣਾ ਇਹਨੂੰ ਹੁਣ ਲਾਸਟ ਤੇ ਆਪਾਂ ਇਹਦੇ ਵਿੱਚ ਰਲਾਉਣਾ ਜੀ ਅਸ਼ਵਗੰਦੇ ਦਾ ਪਾਊਡਰ ਜਾਂ ਅਕਸਿੰਨ ਦਾ ਪਾਊਡਰ ਇਹ ਵੀ ਤੁਹਾਨੂੰ ਸਾਰੀਆਂ ਚੀਜ਼ਾਂ ਆਮ ਤੇ ਬੜੀ ਆਸਾਨੀ ਨਾਲ ਮਿਲ ਜਾਣ ਵਾਲੀਆਂ ਨੇ ਇਸ ਪਾਊਡਰ ਨੂੰ ਅਸੀਂ ਲਾਸਟ ਤੇ ਪਾਉਣਾ ਹੈ ਇਹ ਦਾ ਇਹਦੀ ਵਰਤੋਂ ਤਾਂ ਬੇਹੱਦ ਜ਼ਿਆਦਾ ਦਵਾਈਆਂ ਤੇ ਹੁੰਦੀ ਆ ਬੇਸ਼ੱਕ ਤੁਸੀਂ ਪੁਰਾਣੇ ਗ੍ਰੰਥ ਪੜ੍ਹ ਲਿਓ ਬੇਸ਼ੱਕ ਤੁਸੀਂ ਪੁਰਾਣੀਆਂ ਆਯੁਰਵੇਦ ਦੀਆਂ ਕਿਤਾਬਾਂ ਪੜ੍ਹ ਲਿਓ ਬੇਸ਼ੱਕ ਤੁਸੀਂ ਨੈੱਟ ਤੇ ਸਰਚ ਕਰ ਲਿਓ ਜਿੰਗ ਸਿੰਘ ਜੜੀ ਬੂਟੀ ਨਾਲੋਂ ਕਈ ਗੁਣਾ ਜ਼ਿਆਦਾ ਕਾਰਗਰ ਆ ਅਸ਼ਵਗੰਧਾ ਇਹਨੂੰ ਤਾਂ ਸਾਨੂੰ ਘਰ ਵਿੱਚ ਵੀ ਲਵਾ ਕੇ ਰੱਖਣਾ ਚਾਹੀਦਾ ਇਹਦੀ ਵੀ ਇੱਕ ਸਪੈਸ਼ਲ ਵੀਡੀਓ ਮੈਂ ਬਣਾਈ ਹੋਈ ਐਸ਼ਵਗੰਦੇ ਦੀ ਇੱਕ ਉਪਯੋਗ ਦੀ ਉਹਨੂੰ ਤੁਸੀਂ ਸਕਰੀਨ ਤੇ ਚੈੱਕ ਕਰ ਸਕਦੇ ਹੋ ਲੋਡ ਪੇ ਤੇ ਤੁਸੀਂ ਦੇਖ ਵੀ ਸਕਦੇ ਹੋ ਸੋ ਚਾਰੇ ਚੀਜ਼ਾਂ ਰਲਣ ਤੋਂ ਬਾਅਦ ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਹਲਾ ਕੇ ਮਿਕਸ ਕਰ ਲੈਣਾ ਆ ਹੁਣ ਚਾਰੇ ਦਵਾਈਆਂ ਰਲਣ ਤੋਂ ਬਾਅਦ ਸਾਡੀ ਪੰਜੀਰੀ ਕਾਫੀ ਹੱਦ ਤੱਕ ਪੁੱਜ ਚੁੱਕੀ ਆ ਜਿਹਦਾ ਕਿ ਰੰਗ ਹੁਣ ਮਿੱਟੀ ਰੰਗਾ ਹੋ ਚੁੱਕਾ ਆ ਚੰਗੀ ਤਰ੍ਹਾਂ ਰਲਣਾ ਜਿਆਦਾ ਤੋਂ ਜਿਆਦਾ 15 ਮਿੰਟ ਲੱਗ ਜਾਣਗੇ ਹੱਦ 25 ਮਿੰਟ ਲੱਗ ਜਾਣਗੇ ਹੱਦ 30 ਮਿੰਟ ਲੱਗ ਜਾਣਗੇ ਪਰ ਯਕੀਨ ਮੰਨਿਓ ਇਹੀ ਚੀਜ਼ਾਂ ਸਾਡੇ ਪੁਰਾਣੇ ਲੋਕ ਖਾਂਦੇ ਸੀ ਤੇ ਮੇਰੀ ਵੀ ਕੋਸ਼ਿਸ਼ ਇਹੀ ਹੈ ਕਿ ਤੁਹਾਨੂੰ ਇਹੀ ਚੀਜ਼ਾਂ ਦਿੱਤੀਆਂ ਜਾਣ ਦਵਾਈਆਂ ਜਿਹੜੀਆਂ ਆਯੁਰਵੇਦ ਦੇ ਵਿੱਚ ਅੱਜ ਕੱਲ੍ਹ ਵੈਦ ਬਣਾਉਣ ਲੱਗ ਪਏ ਨਾ ਲਾਲਚ ਮਾਰੇ ਬਣਾਉਣ ਲੱਗ ਪਿਆ ਵਰਨਾ ਲਗਭਗ ਤਕਰੀਬਨ ਦਵਾਈਆਂ ਖਾਣੇ ਦੇ ਨਾਲ ਖਾਧੀਆਂ ਜਾ ਸਕਦੀਆਂ ਸੀ ਹੁਣ ਜੇ ਆਪਾਂ ਪਰਹੇਜਾਂ ਦੀ ਗੱਲ ਕਰੀਏ ਤਾਂ ਤੁਸੀਂ ਵਾਈ ਵਾਲੇ ਰੋਗੀਆਂ ਨੇ ਖੱਟੀ ਚੀਜ਼ ਤੇ ਤੇਜ ਮਸਾਲੇ ਵਾਲੀ ਚੀਜ਼ ਤਲੀ ਹੋਈ ਚੀਜ਼ ਤੇ ਠੰਡੀ ਚੀਜ਼ ਜਿਵੇਂ ਕਿ ਕੋਲਡ ਡਰਿੰਕ ਕੋਲਡ ਕਾਫੀ ਜਾਂ ਫ੍ਰਿਜ ਚ ਲੱਗਿਆ ਹੋਇਆ ਖਾਣਾ ਆਲੂ ਚੌਲ ਦਾਲਾਂ ਡਰਾਈ ਫਰੂਟ ਬਿਲਕੁਲ ਅਵਾਇਡ ਕਰ ਦੇਣੇ ਆ ਹੁਣ ਜੇ ਆਪਾਂ ਗੱਲ ਕਰੀਏ ਕਿ ਇਹਨੂੰ ਖਾਣਾ ਕਿੰਨਾ ਸਮਾਂ ਆ ਦੇਖੋ 1 ਕਿਲੋ ਆਟਾ ਜੇ ਇੱਕ ਬੰਦੇ ਨੇ ਖਾਣਾ ਤੇ ਲਗਭਗ 1 ਮਹੀਨਾ ਚੱਲ ਸਕਦਾ ਪਰ ਖਾਣਾ ਕਿਸ ਤਰ੍ਹਾਂ ਆ ਕਿ ਤੁਸੀਂ ਇਹਨੂੰ ਦੁੱਧ ਨਾਲ ਨਹੀਂ ਖਾਣਾਗਾ ਨਾ ਚਾਹ ਨਾਲ ਖਾਣਾ ਆ ਯੂਰਿਕ ਐਸਿਡ ਵਾਲੇ ਵਾਈ ਵਾਲੇ ਗਠੀਆ ਦੇ ਰੋਗੀਆਂ ਦੇ ਲਈ ਰਿਮਟਾਈਟਡ ਆਰਥਰਾਇਟਿਸ ਦੇ ਰੋਗੀਆਂ ਦੇ ਲਈ ਆਸਟਿਓਆਰਸਾਈਟਿਸ ਦੇ ਰੋਗੀਆਂ ਦੇ ਲਈ ਇੱਕ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਹੈ ਕਿ ਦੁੱਧ ਦੇ ਇਸਤੇਮਾਲ ਕਰਨ ਦੇ ਨਾਲ ਹਾਈ ਪ੍ਰੋਟੀਨ ਕੰਟੈਂਟ ਆ ਜਿਹੜਾ ਸਾਡੇ ਸਰੀਰ ਵਿੱਚ ਡਿਪੋਜ਼ਿਟ ਹੋ ਜਾਂਦਾ ਉੱਥੇ ਹੀ ਫਿਰ ਯੂਰਿਕ ਐਸਿਡ ਤੇ ਗਠੀਆ ਜਨਰੇਟ ਹੁੰਦੇ ਨੇ ਸੋ ਇਹ ਪੰਜੀਰੀ ਤਾਂ ਆਲਰੇਡੀ ਬਹੁਤ ਤਾਕਤਵਾਰ ਆ ਇਹਨੂੰ ਤੁਸੀਂ ਜਾਂ ਤਾਂ ਸੁੱਕੀ ਖਾਓ ਤੇ ਜਾਂ ਫਿਰ ਤੁਸੀਂ ਥੋੜੇ ਜੇ ਕੋਸੇ ਪਾਣੀ ਦੇ ਨਾਲ ਖਾ ਸਕਦੇ ਹੋ ਤੇ ਖਾਣੀ ਕਿੰਨੀ ਹੈ ਵੀਰ ਜੀ ਜਿੰਨਾ ਸਰੀਰ ਟੋੜਾ ਇਸ ਪੰਜੀਰੀ ਨੂੰ ਚੱਲ ਜੇ ਇੱਕ ਚਮਚਾ ਚੱਲਦਾ ਇੱਕ ਚਮਚਾ ਖਾ ਲੋ ਇੱਕ ਟਾਈਮ ਦੀ ਦੋ ਚਮਚੇ ਚੱਲਦਾ ਦੋ ਚਮਚੇ ਖਾ ਲੋ ਪਰ ਪਲੀਜ਼ ਕੰਮ ਜ਼ਰੂਰ ਕਰਿਆ ਜੇ ਇਹਨੂੰ ਖਾਣ ਤੋਂ ਬਾਅਦ ਤੁਸੀਂ ਵਿਹਲੇ ਨਹੀਂ ਬਹਿਣਾਗਾ ਇਹ ਨਾ ਹੋਵੇ ਕਿ ਤੁਸੀਂ ਖਾਧੀ ਜਾਓ ਤੇ ਵਿਹਲੇ ਬਈ ਜਾਓ ਫੇਰ ਨਹੀਂ ਇਹ ਚੀਜ਼ਾਂ ਕੰਮ ਕਰਦੀਆਂ ਸਹੀ ਕਿਉਂਕਿ ਕਿਉਂ ਬਹੁਤ ਤਾਕਤਵਰ ਵਾਲਾ ਵਾ ਸੋ ਹੁਣ ਆਪਾਂ ਲਾਸਟ ਦੇ ਵਿੱਚ ਇਹਦੇ ਵਿੱਚ ਖੰਡ ਮਿਕਸ ਕਰਾਂਗੇ 1/2 ਕਿਲੋ ਤੁਸੀਂ ਸ਼ੂਗਰ ਵਾਲੇ ਮਰੀਜ਼ ਹੋ ਤਾਂ ਤੁਸੀਂ ਘੱਟ ਮਿਕਸ ਕਰ ਸਕਦੇ ਹੋ ਸ਼ੱਕਰ ਵੀ ਮਿਕਸ ਕਰ ਸਕਦੇ ਹੋ ਬੂਰਾ ਖੰਡ ਵੀ ਰਲਾ ਸਕਦੇ ਹੋ ਦੇਸੀ ਖੰਡ ਵੀ ਰਲਾ ਸਕਦੇ ਹੋ ਸੋ ਖੰਡ ਰਲਾਉਣ ਦਾ ਬੇਸਿਕ ਪਰਪਸ ਇਹ ਹੁੰਦਾ ਹੈ ਕਿ ਜਿਹੜੇ ਵਾਈ ਵਾਲੇ ਮਰੀਜ਼ ਹੁੰਦੇ ਨਾ ਉਹ ਮਿੱਠਾ ਖਾ ਸਕਦੇ ਨੇ ਪਰ ਖੰਡਾਂ ਵੀ ਹੁਣ ਅੱਜ ਕੱਲ ਕੈਮੀਕਲ ਆਉਂਦੀਆਂ ਨੇ ਪਰ ਤੁਸੀਂ ਇੱਥੇ ਮੈਂ ਜਿਹੜਾ ਡਬਲ ਰਿਫਾਈਨਡ ਖੰਡ ਲਈ ਹੈ ਇਹ ਲੈ ਸਕਦੇ ਹੋ ਹੁਣ ਜਿਵੇਂ ਕਿ ਆਪਾਂ ਖੰਡ ਰਲਾ ਰਹੇ ਚੰਗੇ ਤਰੀਕੇ ਨਾਲ ਇਹਦੇ ਵਿੱਚ ਖੰਡ ਨੂੰ ਥੋੜਾ ਜਿਹਾ ਨਾ ਕੁਲੰਦ ਦੇ ਨਾ ਇਹਦੇ ਵਿੱਚ ਨਹੀਂ ਤਾਂ ਥੋੜਾ ਜਿਹਾ ਜੇ ਤੁਸੀਂ ਇਹਨੂੰ ਸੁਖਪ੍ਰੂਰਾ ਰੱਖਣਾ ਚਾਹੋ ਨੇ ਥੋੜੀ ਜਿਹੀ ਖੰਡ ਮੋਟੀ ਲੈ ਲਓ ਜੇ ਤੁਸੀਂ ਇਹਨੂੰ ਥੋੜਾ ਜਿਹਾ ਜ਼ਿਆਦਾ ਮਤਲਬ ਕਿ ਸਮੂਥ ਬਣਾਉਣਾ ਚਾਹੋ ਨੇ ਤਾਂ ਬਰੀਕ ਖੰਡ ਲੈ ਲਓ ਪਰ ਖੰਡ ਨੂੰ ਚੰਗੀ ਤਰ੍ਹਾਂ ਰਲਾ ਲਓ ਵੱਧ ਤੋਂ ਵੱਧ 4-5 ਮਿੰਟ ਲੱਗਣਗੇ ਖੰਡ ਰਲਣ ਤੇ ਤੇ ਲਗਭਗ ਪੰਜੀਰੀ ਤਿਆਰ ਹੋ ਜੇਗੀ ਹੁਣ ਲਾਸਟ ਦੇ ਵਿੱਚ ਕੁਝ ਸਪੈਸ਼ਲ ਪੁਆਇੰਟ ਤੁਹਾਡੇ ਲਈ ਮੈਂ ਐਡ ਕਰਾਂਗਾ ਲਓ ਜੀ ਮੱਠੀ ਅੱਗ ਤੇ ਆਪਾਂ ਇਹ ਪੰਜੀਰੀ ਬਣਾਈ ਆ ਤੇ ਲਗਭਗ ਬਣ ਕੇ ਆਪਣੀ ਤਿਆਰ ਥੋੜੀ ਜੀ ਖੰਡ ਅਸੀਂ ਮੋਟੀ ਲਈ ਸੀ ਜੀ ਦੀ ਵਜ੍ਹਾ ਕਰਕੇ ਥੋੜਾ ਥੋੜੇ ਖੰਡ ਦੇ ਦਾਣੇ ਦੇਖਦੇ ਪਏ ਨੇ ਤੇ ਹੁਣ ਅਸੀਂ ਇਹਨੂੰ ਅੱਗ ਤੋਂ ਲਾ ਲੈਣਾ ਕੁਝ ਦੇਰ ਠੰਡਾ ਕਰਨਾ ਆ ਤੁਸੀਂ ਕੋਸ਼ਿਸ਼ ਕਰਿਓ ਕਿ ਇਹਨੂੰ ਸਿਰਫ ਸਵੇਰ ਦੇ ਟਾਈਮ ਤੇ ਰਾਤ ਦੇ ਟਾਈਮ ਹੀ ਲੈਣਾ ਦੁਪਹਿਰ ਨੂੰ ਨਾ ਲਿਆਜੇ ਬਾਕੀ ਥੋੜੀ ਜੀ ਖਾਨ ਚ ਕੌੜੀ ਹੋਏਗੀ ਪਰ ਘਬਰਾਇਓ ਨਾ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਹੈ ਹਾਂ ਜਿਨ੍ਹਾਂ ਲੋਕਾਂ ਨੂੰ ਆਟੇ ਤੋਂ ਅਲਰਜੀ ਹੋਵੇ ਸਨੀ ਯੂਜ਼ ਕਰ ਲਿਓ ਜਿਹੜੇ ਲੋਕਾਂ ਨੂੰ ਲੱਗਦਾ ਕਿ ਦੇਸੀ ਘਿਓ ਨੁਕਸਾਨਦਾਇਕ ਆ ਉਹ ਤਾਂ ਨਾ ਹੀ ਖਾਣ ਦੇ ਚੰਗੀ ਗੱਲ ਆ ਸੋ ਲਾਸਟ ਤੇ ਹੁਣ ਆਪਾਂ ਇਹਨੂੰ ਲਾਵਾਂਗੇ ਜੀ ਲਾ ਕੇ ਥੋੜਾ ਸਮਾਂ ਆਪਾਂ ਇਹਨੂੰ ਠੰਡੀ ਹੋਣ ਦੇਣਾ ਆ ਤੇ ਫਿਰ ਆਪਣੇ ਖਾਣ ਦੇ ਲਈ ਪੰਜੀਰੀਆ ਜਿਹੜੀ ਉਹ ਤਿਆਰ ਆ ਸੋ ਉਮੀਦ ਕਰਦੇ ਆ ਕਿ ਤੁਹਾਨੂੰ ਗਠੀਏ ਦੇ ਯੂਰਿਕ ਐਸਿਡ ਦੇ ਆਰਥਰਾਇਟਿਸ ਦੇ ਰੋਮੈਟਾਇਡ ਆਰਥਰਾਇਟਿਸ ਦੇ ਆਸਟੋਆਰਥਰਾਇਟਿਸ ਦੀਆਂ ਬਿਮਾਰੀਆਂ ਦਾ ਇੱਕ ਇਲਾਜ ਮਿਲ ਗਿਆ ਹੋਊਗਾ ਇਸ ਵੀਡੀਓ ਨੂੰ ਮੈਕਸੀਮਮ ਲੋਕਾਂ ਤੱਕ WhatsApp ਤੇ YouTube ਤੇ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਉਹਨਾਂ ਲੋਕਾਂ ਨੂੰ ਇਲਾਜ ਮਿਲ ਸਕੇ ਥੈਂਕ ਯੂ ਜੀ